ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਇਸ ਸਥਾਨ ਤੇ ਸਿੰਘਾਂ ਨੂੰ ਕਿਹਾ ਸੀਗਾ ਜੇਕਰ ਜਾਨ ਪਿਆਰੀ ਹੈ ਤੇ ਘਰਾਂ ਨੂੰ ਚਲੇ ਜਾਓ ਤੇ ਜੇਕਰ ਜੰਗ ਦੇ ਮੈਦਾਨੇ ਵਿੱਚ ਸ਼ਹੀਦ ਹੋਣਾ ਚਾਹੁੰਦੇ ਹੋ ਤਾਂ ਇਹ ਲਕੀਰ ਨੂੰ ਪਾਰ ਕਰ ਜਾਓ। ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੀ ਵੀਡੀਓ ਨੇ ਤੱਕ ਦੇਖੋ ਨਾਲ ਸ਼ੇਅਰ ਜ਼ਰੂਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਾਧ ਸਿੰਘ ਜੀਓ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਿਹਾ ਗੁਰਦੁਆਰਾ ਸ਼੍ਰੀ ਲਲਕਾਰ ਸਾਹਿਬ। ਸੰਗਤ ਜੀ 1705 ਈਸਵੀ ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਸਿਪਾਹਾ ਸਿਲਹਾਰ ਜਹਾਂ ਨੇ ਆਪਣੇ ਮਾਲਕ ਦੇ ਹੁਕਮ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ ਤਾਂ ਉਸ ਸਮੇਂ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋਕੀ ਵਿਖੇ ਖਬਰ ਮਿਲਦੀ ਹੈ ਕਿ ਇਸ ਤਰ੍ਹਾਂ ਮੁਗਲਾਂ ਨੇ ਆਹ ਹਰਕਤ ਕੀਤੀ ਹੈ ਤੇ ਉਸ ਸਮੇਂ 75 ਸਾਲ ਦੀ ਬਿਰਧ ਅਵਸਥਾ ਵਿੱਚ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ 18 ਸੇਰਾ ਖੰਡਾ ਫੜ ਕੇ ਹੱਥ ਵਿੱਚ ਲੈ ਕੇ ਜਥੇ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਤੋਂ ਚਾਲੇ ਪਾ ਦਿੰਦੇ ਆ। ਬੋਲੇ ਸੋ ਨਿਹਾਲ ਤੇ ਸੱਤ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਹੋਏ ਰੇਤਲੇ ਥਲਾਂ ਨੂੰ ਚੀਰਦੇ ਹੋਏ ਹਰੀ ਕੇ ਪੱਤਣ ਪਹੁੰਚ ਜਾਂਦੇ ਆ ਤੇ ਸ੍ਰੀ ਤਰਨ ਤਾਰਨ ਸਾਹਿਬ ਤੱਕ ਪਹੁੰਚਦੇ ਉਹਨਾਂ ਦਾ ਕਾਫਲਾ ਜਿਹੜਾ ਆ 5000 ਦੇ ਕਰੀਬ ਸਿੰਘ ਹੋਰ ਇਕੱਠੇ ਹੋ ਜਾਂਦੇ ਆ। ਅੱਗੋਂ ਇਹ ਖਬਰ ਸੁਣ ਕੇ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਬਾਰ ਪਿੰਡ ਗੋਲਵਾੜ ਵਿਖੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜਾਂ ਨਾਲ ਮੋਰਚਾ ਸੰਭਾਲੀ ਖੜਾ ਜਹਾਨ ਖਾਂ ਵੀ ਬੈਠਾ ਸੀਗਾ। ਟੱਕਰ ਬਹੁਤ ਭਿਆਨਕ ਸੀ, ਸ਼ਹੀਦੀ ਅਵਸ਼ ਸੀ ਕਿਉਂਕਿ ਮੁਗਲ ਫੌਜਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਸੀਗੀ। ਇਸ ਕਾਰਨ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਤਰਨ ਤਾਰਨ ਦੇ ਬਾਹਰ ਬਾਰ ਫਤਿਹ ਚੱਕ ਦੀ ਯੂ ਤੇ ਇੱਕ ਲਕੀਰ ਖਿੱਚੀ ਤੇ ਕਿਹਾ ਜਿਹੜੇ ਸਿੰਘ ਅਣਖ ਤੇ ਗਰਤ ਦੇ ਨਾਲ ਸ਼ਹੀਦੀ ਪ੍ਰਾਪਤ ਕਰਨਾ ਚਾਹੁੰਦੇ ਆ ਉਹ ਇਹ ਲਕੀਰ ਨੂੰ ਪਾਰ ਕਰ ਜਾਣ ਤੇ ਜਿਨ੍ਹਾਂ ਨੂੰ ਜਾਨ ਪਿਆਰੀ ਉਹ ਆਪਣੇ ਘਰਾਂ 'ਚ ਵਾਪਸ ਚਲੇ ਜਾਣ। ਤੇ ਬਾਬਾ ਜੀ ਦੀ ਖਬਰ ਸੁਣ ਕੇ ਗੱਲ ਸੁਣ ਕੇ ਜਿੰਨੇ ਵੀ ਸਿੰਘ ਸਨ ਜਕਾਰੇ ਲਾਉਂਦੇ ਹੋਏ ਲਕੀਰ ਨੂੰ ਪਾਰ ਕਰ ਜਾਂਦੇ ਆ। ਵਾਹਿਗੁਰੂ ਵਾਹਿਗੁਰੂ। ਬਾਬਾ ਜੀ ਨੇ ਜਥੇ ਸਮੇਤ ਅਰਦਾਸ ਕੀਤੀ ਤੇ ਅੰਮ੍ਰਿਤਸਰ ਸਾਹਿਬ ਨੂੰ ਰੁੱਖ ਕੀਤਾ। ਪਿੰਡ ਗੋਲਵਾੜ ਵਿਖੇ ਪਹੁੰਚੇ ਤੇ ਮੁਗਲਾਂ ਦੇ ਨਾਲ ਆਪਸੀ ਜਦੋਂ ਟਾਕਰਾ ਲੈਣਾ ਸੀ ਨਾ ਤੇ ਸਾਹਮਣੇ ਮੁਗਲਾਂ ਨੂੰ ਦੇਖ ਕੇ ਲਲਕਾਰ ਮਾਰੀ ਜਿੱਥੇ ਜੰਗ ਸ਼ੁਰੂ ਹੋਈ। ਅੱਜ ਜਿਸ ਸਥਾਨ ਤੇ ਗੁਰਦੁਆਰਾ ਲਲਕਾਰ ਸਾਹਿਬ ਸੁਸ਼ੋਭਿਤ ਹੈ ਜਿਸ ਦੇ ਆਪ ਜੀ ਨੂੰ ਦਰਸ਼ਨਦਾਰੇ ਕਰਵਾ ਰਿਹਾ ਹਾਂ। ਸੰਗਤ ਜੀ ਪਿੰਡ ਗੋਲਵਾੜ ਤੋਂ ਘਮਸਾਨ ਯੁੱਧ ਹੋਇਆ, ਲੋਹੇ ਨਾਲ ਲੋਹਾ ਖੜਕਿਆ ਤੇ ਅੱਗੇ ਜਦੋਂ ਜਾਂਦੇ ਆ ਜਿਸ ਸਥਾਨ ਤੇ ਗੁਰਦੁਆਰਾ ਟਾਲਾ ਸਾਹਿਬ ਸੁਸ਼ੋਭਿਤ ਹੈ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨਦਾਰੇ ਕੱਲ ਕਰਵਾਏ ਸਨ ਉਸ ਸਥਾਨ ਤੇ ਜਾ ਕੇ ਮੁਗਲਾਂ ਦੇ ਮੁਖੀ ਦੇ ਨਾਲ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਪਸੀ ਸਾਂਝੇ ਵਾਰ ਦੇ ਵਿੱਚ ਸੀਸ ਤੜ ਦੇ ਨਾਲ ਅਲੱਗ ਹੋ ਜਾਂਦਾ ਆ ਤੇ ਉਸ ਸਮੇਂ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਿੰਘ ਨੇ ਬਾਬਾ ਜੀ ਨੂੰ ਪ੍ਰਣ ਯਾਦ ਕਰਵਾਇਆ ਕਿ ਮੈਂ ਅੰਮ੍ਰਿਤ ਸਰੋਵਰ ਦੀ ਜਿਹੜੀ ਕੋਰ ਬੇਅਦਬੀ ਹੋਈ ਆ ਉਸ ਦਾ ਬਦਲਾ ਲੈ ਕੇ ਹੀ ਆਖਰੀ ਸਾਹ ਲਵਾਂਗਾ ਤੇ ਇਸ ਤਰ੍ਹਾਂ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸੀਸ ਜਿਹੜਾ ਆ ਧੜ ਦੇ ਨਾਲ ਅਲੱਗ ਹੋਇਆ ਹੁੰਦਾ ਉਹ ਹਰਕਤ ਵਿੱਚ ਆਉਂਦਾ ਹੈ ਤੇ ਇਸ ਤਰ੍ਹਾਂ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਖੱਬੀ ਤਲੀ ਤੇ ਸੀਸ ਧਰ ਕੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਜਿਸ ਦਾ ਵਜ਼ਨ ਤਕਰੀਬਨ 15 ਕਿਲੋ ਸੀਗਾ। ਇਸ ਤਰ੍ਹਾਂ ਮੁਗਲਾਂ ਦੇ ਆਹੂ ਲਾਉਂਦੇ ਹੋਏ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਨਗਰੀ 'ਚ ਜਾ ਕੇ ਆਪਣਾ ਸੀਸ ਜਿਹੜਾ ਉਹ ਭੇਟ ਕਰਦੇ ਆ ਜਿਸ ਸਥਾਨ ਤੇ ਆਪਾਂ ਅਕਸਰ ਦਰਸ਼ਨਦਾਰੇ ਸ੍ਰੀ ਦਰਬਾਰ ਸਾਹਿਬ ਜੀ ਜਾਂਦੇ ਆ ਕਰਦੇ ਆ। ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨਦਾਰੇ ਕਰਵਾਏ ਹਨ ਗੁਰਦੁਆਰਾ ਸ਼੍ਰੀ ਲਲਕਾਰ ਸਾਹਿਬ ਪਿੰਡ ਗੋਲਵਾੜ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੁਸ਼ੋਭਿਤ ਇਹ ਪਾਵਨ ਪਵਿੱਤਰ ਸਥਾਨ ਜਿਸ ਸਥਾਨ ਤੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਮੁਗਲਾਂ ਨੂੰ ਲਲਕਾਰ ਮਾਰੀ ਸੀਗੀ। ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆਏਗੀ। ਜੇਕਰ ਪਸੰਦ ਆਏ ਤਾਂ ਜ਼ਰੂਰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਰਸ਼ਨਦਾਰੇ ਕਰ ਸਕਦੀਆਂ ਹਨ। ਬਹੁਤ ਬਹੁਤ ਸ਼ੁਕਰਾਨਾ ਸੰਗਤ ਜੀ। ਗੁਰੂ ਸਾਹਿਬ ਸਾਰੀ ਸੰਗਤ ਤੇ ਮਿਹਰ ਭਰਿਆ ਹੱਥ ਰੱਖਣ। ਜੋ ਵੀ ਦਰਸ਼ਨਦਾਰੇ ਕਰ ਰਹੇ ਹੋ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਜਗਦੀਪ ਸਿੰਘ ਜ਼ਰੂਰ ਲਿਖਿਓ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।